ਪਾਲਿਆ ਕਿਉਂ ਨਾ ਮੇਰੀ ਗੱਲ ਮੰਨੇ, ਜੇ ਨਾ ਤੂੰ ਮੰਨੀ ਗੱਲ ਮੇਰੀ, ਵੱਡ ਟੁੱਕ ਟੋਟੇ ਗੱਲ ਪਾਉਂਦੀ ਮੈਂ ਨੀ ਫੇਰ ਤੋਪੀਆਂ ਵਿੱਚੋਂ ਸੋਨਾ ਵੇਖ ਲਾੜਾ ਨੀ ਤੈਨੂੰ ਚਾਮਲਾਂ ਨਾਲ ਵਿਆਹ ਦੀ ਮੈਂ ਸੱਸੀ ਜਾਂਦੀ ਨੀ ਮਾਂ ਇਹ ਮਾਹੇ ਮਾਂ ਉਹ ਤੈਨੂੰ ਕੀ ਆਖਾਂ ਗੱਲਾਂ ਉਹ ਨਾਲ ਨਕਾਲੀ ਚਾਚੀ ਮੇਰਾ ਨਾਮ ਮਲਾਨੀ ਏ ਤੂੰ ਸੀਰ ਮੇਰਾ ਇਹ ਦਿੱਸੇ ਉਹ ਪਰਦਿਆਂ ਦੇ ਵਿੱਚ ਇੱਕ ਯੂਸਫ ਪੁੰਨੂ ਉਹ ਹੈ ਬਦਲੇ ਮਨੀਰ ਮੇਰਾ ਇਹਨਾਂ ਛਿਪਿਆਂ ਦੇ ਮੱਥੇ ਮੜਨ ਨਾਲੂ ਜਿਸਲੇ ਟੋਪੀਆਂ ਨੇ ਸੁਣੀ ਆਂਦੇ ਨੇ ਸਾਨੂੰ ਤੇ ਸਾਖ ਨਹੀਂ ਮਿਲਿਆ ਆਦਮ ਜਾਮ ਬਾਦਸ਼ਾਹ ਨੂੰ ਆਂਦੇ ਤੂੰ ਸਾਖ ਮੰਗ ਉਹਦੇ ਕਿਤੇ ਪੁੰਨੂ ਦਾ ਨਾਂ ਨਾ ਲੈ ਸਾਰੇ ਟੋਪੀ ਇਕੱਠੇ ਹੋ ਕੇ ਬਾਦਸ਼ਾਹ ਕੋਲ ਤੁਰ ਗਏ ਤੇ ਬਾਦਸ਼ਾਹ ਪੁੱਛਦਾ ਹੈ ਤੇ ਹੈ ਕਿਉਂ ਆਏ ਹੋ ਇੱਕ ਟੋਪੀ ਖਲੋ ਕੇ ਗੱਲ ਸੁਣਦਾ ਬਾਦਸ਼ਾਹ ਸੁਣ ਇਸ ਵਾਸਤੇ ਆਏ ਹਾਂ ਆਂਦਾ ਸ਼ਾਲਾ ਜੱਗ ਤੂੰ ਚਾਹੇ ਇਹ ਚਾਹੇ ਨਾ ਕੋਈ ਉਧਰ ਇਸ ਗੱਲ ਵਰਗਾ ਔਰ ਸਲ ਕੋਈ ਨਹੀਂ ਅੱਜ ਰਾਤ ਦੇ ਤਖ਼ਤ ਤੂੰ ਮਾਨੇ ਸ਼ਾਹ ਪਲਕੇ ਪਿੱਛੇ ਫੇਰੇ ਤੇਰੀ ਗੱਲ ਕੋਈ ਨਹੀਂ ਦੁਨੀਆਂ ਤੋਂ ਬੇਉਲਾਦ ਜਾ ਰਹੇ ਹਾਂ ਸਾਡਾ ਤਾਂ ਭਾਈ ਉਹਦੇ ਘਰ ਇਤਨੀ ਹਸੀਨ ਲੜਕੀ ਹੈ ਕਿ ਸਾਡੇ ਤੋਬੀਆਂ ਦੇ ਲਾਇਕ ਨਹੀਂ ਸਾਖ ਮੰਗ ਮਤੇ ਅੱਲਾ ਤੈਨੂੰ ਜੜ ਨਾ ਦੇਵੇ ਅਤੇ ਤੋਬੀਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਦੀ ਧੀ ਔਰ ਸ਼ਹਿਨ ਸ਼ਾਹ ਨੂੰ ਪਤਾ ਕਿ ਮੇਰੀ ਧੀ ਹੈ ਉਸਨ ਦੀ ਤਾਰੀਫ ਸੁਣ ਕੇ ਸਾਖ ਨਾ ਮੰਗਦੇ ਆਪਣੇ ਵਾਸਤੇ ਕੀ ਕਹਿੰਦੇ ਇਹ ਕਾਗਜ਼ ਕਲਮ ਫੜ ਕੇ ਇਹ ਆਤਮ ਜਾਮ ਲਿਖਿਆ ਤੇ ਲੈ ਵੇ ਅਤਿਆ ਉਹ ਵੀ ਸਲਾਮ ਮੇਰਾ ਇਹ ਅੱਜ ਸ਼ਹਿਰ ਪਮੋੜ ਦੇ ਧੋਬੀਆਂ ਵਿੱਚੋਂ ਬਲੰਦ ਮਕਾਮ ਤੇਰਾ ਇਹ ਸੱਸੀ ਬੈਠੀ ਤਾਂ ਦੇ ਜਾ ਉਹ ਸਾਖ ਮੈਨੂੰ ਮੱਤੇ ਜਗ ਤੇ ਲੈ ਜਾਏ ਨਾ ਮੇਰਾ ਇਹ ਸੱਸੀ ਧੀ ਦਾ ਦੇ ਜਾ ਉਹ ਸਾਖ ਸਾਥ ਮੈਨੂੰ ਲੈ ਵੀ ਸਾਥ ਮੈਨੂੰ ਮੱਤੇ ਜਗ ਤੇ ਰਹਿ ਜਾਏ ਉਹ ਨਾ ਮੇਰਾ ਮੱਤੇ ਜਗ ਤੇ ਰਹਿ ਜਾਏ ਨਾ ਮੇਰਾ
ਮੋਰ ਮੈਂ ਨਾਲੇ ਸ਼ਾਹ ਮੁਲਕੀ ਆਮ ਨਾਮ ਏ ਅਸਮਤ ਆਤਮ ਜਾ ਮੇਰਾ ਉੱਤੇ ਸ਼ਾਹੀ ਮੋਰ ਲਾਈਏ ਕਸ ਨੂੰ ਖੱਤ ਦਿੱਤਾ ਕਸ ਜਾ ਕੇ ਤੈਨੂੰ ਖੱਤ ਦਿੱਤਾ ਅਸਾਂ ਕੀ ਕਰਦਾ ਦੇਖ ਮੋਰ ਸ਼ਾਹੀ ਅੱਤਾ ਫੁੱਲਿਆ ਏ ਚੁੰਮਿਓ ਚੁਮਕਲੇ ਜਿਹੜੇ ਦੇ ਨਾਲ ਲਾਵਾਂ ਸੱਸੀਏ ਲੱਖ ਪਾਰਕਾਨੀ ਤੇਰੇ ਬਾਦਸ਼ਾਹ ਤੇਰੇ ਉਹ ਸੁਣਦੇ ਬਾਦ ਈਸ਼ਾ ਟੁੱਲ ਆਏ ਆਂਦਿਆ ਸ਼ਹਿਨਸ਼ਾਹ ਨੇ ਮੰਗਿਆ ਮੈਂ ਤੂੰ ਸਾਗ ਤੇਰਾ ਪੁਆ ਰਹਿਣ ਤੇ ਕਰਮ ਦਾ ਖੁੱਲਿਆ ਏ ਸੱਸੀ ਸੁਣਦਿਆਂ ਪਈ ਪਟਾਕ ਧਰਤੀ ਛਮ ਛਮ ਨੀ ਰੱਖਾਂ ਚੋਂ ਡੁੱਲਿਆ ਏ ਸੱਕੀ ਧੀ ਦਾ ਪਿਓ ਅੱਜ ਸਾਗ ਮੰਗੇ ਅੰਦਰ ਇਸ ਹਨੇਰ ਨੇ ਉੱਲਿਆ ਏ ਤੇ ਲੱਗੀ ਲਿਖਣ ਕੇ ਬੈਠ ਜਵਾਬ ਅਜ਼ਮਤ ਹੋਸ਼ਾ ਆ ਜਸ ਅਜੇ ਭੁੱਲਿਆ ਕਸ ਨਾਮ ਦੇ ਕਸ ਦਰ ਮੈਂ ਚਿੱਠੀ ਦਾ ਜਵਾਬ ਲੈ ਜਾ ਤੇ ਆਪ ਚਿੱਠੀ ਦਾ ਜਵਾਬ ਲਿਖਦੀ ਕੀ ਲਿਖਦੀ ਹੈ ਸੱਸੀ ਸੱਸੀ ਆਉਂਦੀ ਹੈ ਆਪਣੇ ਬਾਪ ਦੀ ਤਰੀ ਲਿਖ ਕੇ ਅੱਗੇ ਕੁੱਲ ਜਹਾਨ ਦੀਆਂ ਧੀਆਂ ਆਪਣੇ ਆਪਣੇ ਬਾਪ ਦੇ ਹੱਕ ਦਾ ਦੁਆ ਮੰਗਦੀਆਂ ਨੇ ਤਾਂ ਸੱਸੀ ਨੇ ਕਿਹੜੀ ਦੁਆ ਮੰਗੀ ਹੈ ਇਹ ਸਾਰੀ ਉਮਰ ਨਾ ਮਿਲੀ ਤੇ ਉਹ ਮਿਲਦੇ ਆਈ ਰੋਣੇ ਹੋਰ ਜਾ ਪਾਏ ਦੀ ਇਹ ਬਾਪ ਲਵੇ ਵੇ ਮੈਂ ਛੱਡ ਤੈਨੂੰ ਧਾਰ ਧੋਬੀਆਂ ਤੇ ਵੇ ਮੈਂ ਛੱਡ ਤੈਨੂੰ ਧਾਰ ਧੋਬੀਆਂ ਤੇ ਆਨ ਡੰਗ ਟਪਾਏ ਨੇ ਉਹ ਬਾਪ ਲਵੇ ਨਾ ਮੈਂ ਚੜੀ ਡੋਲੀ ਨਾ ਮੈਂ ਦਾਜ ਮੰਗੇ ਨਾ ਮੈਂ ਲਾਡ ਲਡਾਏ ਨੀ ਉਹ ਬਾਪ ਲਾਵੇ ਨਾ ਮੈਂ ਨਾ ਸਹੇਲੀਆਂ ਉਹ ਖੇਡਦੀ ਸਾਂ ਨਾ ਮੈਂ ਨਾ ਸਹੇਲੀਆਂ ਦੇ ਖੇਡਦੀ ਸਾਂ ਚੂੜੇ ਬਾਹਰ ਛਿੜਕਾਏ ਨੀ ਉਹ ਬਾਪ ਲਾਵੇ ਦਸਿਓ ਧੀ ਬੇਦੋਸ਼ੀ ਨੂੰ ਰੋੜ ਕੇ ਤੇ ਬੇਦੋਸ਼ੀ ਨੂੰ ਰੋੜ ਕੇ ਤੇ ਰੋੜ ਕੇ ਤੇ ਲੈ ਵੀ ਰੋੜ ਕੇ ਤੇ ਕਿੰਨੇ ਪੁੱਤਰ ਖਟਾਏ ਨੀ ਤੂੰ ਬਾਪ ਲਾਵੇ ਕਿੰਨੇ ਉਹ ਪੁੱਤਰ ਖਟਾਏ ਨੀ ਤੂੰ ਬਾਪ ਲਾਵੇ ਆਂਦੀ ਵੀ ਮੈਂ ਉਸੇ ਦੀਆਂ ਡੁੱਬੀ ਜਿੱਦੀ ਹੱਥ ਉਹਦੇ ਨੈਣ ਦਰਿਆਏ ਨੀ ਬਾਪ ਲਾਵੇ ਲੇ ਤਿਸ ਤੂੰ ਲੇ ਆਦਮ ਪੜ ਅਦਮਤ ਸਹੀ ਦੇ ਸੀਸ ਨਵਾਏ ਨੀ ਬਾਪ ਕਸ ਨੇ ਅਗਲਾ ਕਸ ਦਾ ਖਤ ਲੈ ਜਾ ਕਸ ਜਾ ਕੇ ਖਤ ਬਾਦਸ਼ਾਹ ਨੂੰ ਦਿੰਦਾ ਬਾਦਸ਼ਾਹ ਖਤ ਪੜਦਾ ਲਫ਼ਜ਼ ਆ ਕੇ ਕਿਹੜੇ ਬੇਲੰਗ ਰੱਖ ਲੈਣੇ ਆਏ ਵੇ ਉਸੇ ਸਨ ਤੋਂ ਉਹ ਤੇਰੀ ਕਿਹੜੀ ਜਿਹੜੀ ਆਈ ਸੀ 14 ਸਾਲ ਪਹਿਲੇ ਸੰਦੂਕ ਚ ਕੱਜੀ ਸੀ ਕਿ ਮੇਰੀ ਧੀ ਲੰਗ ਰੱਖ ਲੈਣੇ ਉਸੇ ਸੰਗਤ ਤੇਰੀ ਬੇਨੀ ਤਾਂ ਕੀ ਵੇਖਦੇ ਅਸੀਂ ਪਾਪਲ ਵੇਖਣ ਯੋਸ਼ ਦੇ ਉਹ ਖੋਲ ਕੇ ਕਰ ਤੋਬਾ ਬੇਤੀਆਂ ਨਾਲ ਇਹਨਾਂ ਪਿਓ ਪਰਨੀ
इन पापल पता लग से मेरी थी है मुंह काला करके गल च पला पा के दरवाजे से आया उन माला माल करके अपनी बच्ची घर लाया तो सस्सी असल मकाम ते आ गई है लाखी बाग दे विच उहदे विच वेखदी है लगियां ने तस्वीरां किहड़ियां तस्वीरां ने 114 तस्वीरां जिन्हां दे विच तस्वीर है मुहम्मद दी वी तो सस्सी सारियां तस्वीरां वेख के खुश हुंदी है जिसे पुन्नू खान की तस्वीर आई तो सस्सी ने सजदा कर दिता तो सहेलियां कहंदियां नहीं सस्सी तू तो काफर हो गई है आंदी है क्यों आंदियां जिहड़ा जात बगैर सजदा करता है वह लानती है लालची है मुशरक है जाहिल है बिदती है सस्सी आंदी है बेशक लेकिन जिसने जात नजर आ जाए फिर भी सजदा ना करिए तां भी लानती हो जाए वह तस्वीर भी ध्यान है सस्सी आंदी आओ मैं तुहानूं दसां मैं सजदा क्यों कीता सस्सी की जांदी ए पानी छन्ने विचों का पीता पानी छन्ने चुका पीता एनू विचों रब वेखिया मैं ते सजदा ता कीता एनू विचों रब वेखिया तेरे वालों मुख मोड़ा जी तो सची शहजादी असल मकाम पे आ गई उधरों केच मकरां तूठा वालों का काफिला आ गया तुझसे काफिला वापस चला गया तो सची उस काफिले के मगर गई जिथों तक वो पैरों के निशान नजर आ रहे ने सची जा रही है जिसे पैरों के निशान खुरे जड़े ने गुम हो गए तो सस्सी फिर उत्थे की कहती है कदे चाड़ियाँ कदे खिजां कोलों वेखिरे जाम दा हाण नूं वेखिया जे सच दसो विच सी चार छी होवे राई केच मिकराण दा वेखिया जे एवें भुल ना प्यार दे राह अजमत वे मैं इस मैदान दा वेखिया जिसर कोई पेश नहीं गई उत्थे सस्सी रेत साफ करके तो खुदाए पाक नूं खत लिखदी है तो सस्सी तहरीर लिखती है तो पहले एड्रेस लिखती है कि बा मुकाम अरशे मुअल्ला डाखाना काबा को सैन सिदरातुल मुंतहा बावस जिला कुरान तहसील अदीस बावसीलाए मुर्शद पाक जिन्हां दी याद विच बैठे हैं मार्फत हजरत मुहम्मद मुस्तफा सल्लल्लाहु अलैहि व आलिहि वसल्लम रब्बुल आलमीन को मिले ये जड़ा एक आशिक ने एड्रेस लिखे मैं पेश किया है अगे आशिक तहरीर की लिखता है सच कहंदी बे आले मन वायूब ए जान आए वे जो कुछ होई बीती मेरे पार पा ये सारे जग दे दुख दे गम सदमे एक ते सब मेरी झोली पार पा वे मेरी वार की ए तेनू ख्याल आया जरा दस हां करम फरमाओ रब्बा हां जी रब्बा सानू ते बछोड़ा या किसी का मर गया कतल हो गया कैद हो गया शहीद हो गया ते तेनू बछोड़ा की लै लम यलिद व लम यूलत ना कु जमया ना कु मोया तेरा ना कु बिछड़िया मेल मला रब्बा ना कु नाल हाणी रल सेज माणी रुलियों किसे दे मगर ना जा रब्बा वे रब्बा मेरे वांग लड़दी किधरे अख तेरी उंदा सुतियां यार जुदा रब्बा फिर पता लगता तेनू विछड़िया का उंदा की विछोड़े का ना तो सस्सी शहजादी की कहती है
آندی ہے ربا پوری زندگی چ میرے کولو کوئی غلطی نہیں ہوئی، ماں سوائے اینی ایک غلطی ہوئی ہے۔ کیڑی؟ سچی کہندی نہیں، ایسوں گی میں کہ عمر دی جال دی سائیو میں تو ہوئی ہے اینی خطا ربا وے تو تے جاگ دا سین تیرے بندے آئی لگ گیا غریب نو طالبا ربا میں پانی تو باقی میں فنا تو بقا میں تیرے کے گالی کولی تو اے تو تے سکیاں دا سکائے نا بنیا میں او کون مسکین گدا ربا آیا تین جو کچھ ہوئی کر پا